ਪਰੀ ਤੇ ਕੋਟੇ ਦੀ ਉੱਪਰ ਤੇ ਰੌਣ ਕੀਤਾ ਤੇ ਉਹ ਜਿਹੜੀ ਮੁੱਠੀ ਸੀ ਨਾ ਅੱਜ ਕਰਕੇ ਸੁੱਟ ਦਿੱਤੀ ਫਰਮਾਇਆ ਯਾਦ ਕਰਦੇ ਮਦੀਨੇ ਵਿੱਚ ਜੈ ਜੈ ਤੇਰੇ ਕੋਲ ਤੋਂ ਪੈਸੇ ਲੈਣੇ ਆ ਕੇ ਆਪਣੇ ਹਿੱਸੇ ਦੀਆਂ ਕਤੀਆਂ ਤੋਂ ਚੱਕ ਲੈ ਜਾਬਰ ਫਰਮਾਉਂਦੇ ਮੇਰੇ ਨਬੀ ਪਾਕ ਨੇ ਦਮ ਸਵੇਰੇ ਕੀਤਾ ਸੀ ਤੇ ਸ਼ਾਮ ਹੋ ਗਈ ਸਾਰੇ ਲੋਕਾਂ ਦਾ ਕਰਜ਼ਾ ਲੈ ਗਿਆ ਤੇ ਮੈਂ ਹੈਰਾਨ ਸੀ ਵੀ ਖਜ਼ਾਨਾ ਇਹ ਪਹਿਲੇ ਜ਼ਿਆਦਾ ਸੀ ਜਾਂ ਹੁਣ ਜ਼ਿਆਦਾ ਹੈ ਕਦੂਰੇ ਪਹਿਲੇ ਜ਼ਿਆਦਾ ਸੀ ਜਾਂ ਜ਼ਿਆਦਾ ਪਰ ਕਹਾ ਫੈਸਲਾ ਜੀ ਦੁਆ ਕੇ ਅਬ ਜ਼ਿਆਦਾ ਹੈ ਤੇ ਹੁਣ ਕੇ ਦਰੇ ਦੌਲਤ ਤੇ ਪਹੁੰਚਾ ਅੱਜ ਕੀ ਆ ਸੁਦਾ ਸਭ ਦਾ ਕਰਜ਼ ਉਤਰ ਗਿਆ ਖਜ਼ੂਰੇ ਬਣ ਰਹੀ ਹੈ ਤੋ ਹਜ਼ੂਰ ਦਾ ਜਵਾਬ ਸੁਣਨਾ ਔਰ ਮੈਂ ਭੱਜ ਕੇ ਜਾ ਇਹ ਗੱਲ ਸਿੱਦੀਕ ਨੂੰ ਵੀ ਦੱਸਾਂ ਤੇ ਉਮਰ ਨੂੰ ਵੀ ਦੱਸਾਂ ਸੁਭਾਨ ਅੱਲਾਹ ਇਸੇ ਉਹ ਵੀ ਖੁਸ਼ ਹੋ ਗਏ ਉਹਨਾਂ ਨੂੰ ਵੀ ਬਤਾ ਔਰ ਮੇਰੇ ਆਖਾਂ ਨੇ ਇਹ ਮੌਜੂਦਾ ਕਿਸੇ ਨੂੰ ਦਿਖਾਇਆ ਹਮੇ ਸਮਝਾਣੇ ਕੇ ਲਈ ਔਰ ਸ਼ਰੀਅਤ ਨੂੰ ਲਿਆ ਕੇ ਆਪਣੇ ਮਾਪਿਆਂ ਨੂੰ ਘਰੋਂ ਨਾ ਕੱਢਣਾ ਸ਼ਰੀਅਤ ਦੀ ਆੜ ਲੈ ਜਾ ਕੇ ਆਪਣੇ ਮਾਪਿਆਂ ਨੂੰ ਰੋੜਨਾ ਨਹੀਂ ਬਲਕਿ ਕੀ ਕਰਨਾ ਹੈ ਸ਼ਰੀਅਤ ਨੂੰ ਸਾਹਮਣੇ ਰੱਖ ਕੇ ਮਾਪਿਆਂ ਦੀ ਖਿਦਮਤ ਕਰਨੀ ਹੈ ਤੇ ਇੰਜ ਕਰਨੀ ਹੈ ਜਿਵੇਂ ਖਿਦਮਤ ਕਰਨ ਦਾ ਹੱਕ ਦਾ ਹੁੰਦਾ ਹੈ ਫਰਮਾਇਆ ਕਿ ਮਾਲ ਦੀ ਟੈਨਸ਼ਨ ਨਹੀਂ ਲੈਣੀ ਇਹ ਮਾਲ ਤੁਹਾਨੂੰ ਬਦੀ ਨਹੀਂ ਹੋਣਾ ਅੱਲਾਹ ਤਾਲਾ ਅੱਜ ਕੀ ਹਮਾਰੀ ਇਸ ਮਹਿਫਿਲ ਨੂੰ ਕਬੂਲ ਫਰਮਾਏ ਆਮੀਨ ਵੈਸੇ ਜੋ ਮੁਝੇ ਸ਼ਡੂਲ ਤਾ ਉਹ 8 ਵਜੇ ਦਾ ਸੁਭਾਨ ਅੱਜ 10 ਮਿੰਟ ਨਹੀਂ 30 ਮਿੰਟ ਲੱਗ ਰਿਹਾ ਸੀ ਅੱਲਾਹ ਤੇ ਇਹ 10 ਮਾਫ ਕਰ ਦਿਓ ਤੇ ਜਿਹੜਾ ਅੱਧਾ ਘੰਟਾ ਬਾਅਦ ਕਰ अल्लाह पाक को सलामत रखे। अल्लाह पाक को खुश रखे। अपनी जिंदगी अखलाक नाल गुजारने की तौफीक देवे। बहुत सोहने गल ते बड़े मौके ते याद करेंगे।